ਹੈਲੋ। ਹਾਂਜੀ, ਇੱਕ ਕਿਤਾਬ ਛਪੀ ਆ, ਨਵੀਆਂ ਕਲਮਾਂ ਨਵੀਂ ਉਡਾਣ, ਭਾਗ 14, ਔਰ ਜਿਹਦੇ ਵਿੱਚ ਸਾਡੇ 3 ਬੱਚਿਆਂ ਨੇ ਭਾਗ ਲਿਆ ਸੀ। ਅਤੇ ਇੱਕ ਸੀਗਾ 10ਵੀਂ ਕਲਾਸ ਦਾ ਬੱਚਾ ਇਮਰਾਨ ਮੁਹੰਮਦ, 7ਵੀਂ ਕਲਾਸ ਦੀ ਗੁੜੀਆ ਅਲੀਸ਼ਵਾ ਮਹੀਨ, ਅਤੇ ਨਾਲ ਸੀ ਸਿਮਰਪ੍ਰੀਤ ਕੌਰ, 7 ਕਲਾਸ ਦੇ 2 ਬੱਚੇ ਸੀਗੇ। ਆਹ ਕਿਤਾਬ ਛਪ ਕੇ ਆਈ ਆ, ਅੱਜ ਬੱਚੇ ਪ੍ਰਾਈਜ਼ ਲੈ ਕੇ ਆਏ ਆ, ਜਿਹਦੇ ਵਿੱਚ ਸਾਡੇ ਬੱਚਿਆਂ ਦੀਆਂ ਰਚਨਾਵਾਂ ਛਪੀ ਹੋਈ ਆ। ਚਲੋ ਦੇਖੋ, ਤੁਹਾਨੂੰ ਦਿਖਾਉਂਦੇ ਹਾਂ। ਸਭ ਤੋਂ ਪਹਿਲਾਂ ਦੇਖੋ, 101 ਪੇਜ 'ਤੇ ਛਪੀ ਹੋਈ ਆ ਮਿਹਨਤ ਦਾ ਫਲ, ਕਿਤਾਬ ਸਾਡੀ ਛਪ ਗਈ ਆ। ਆਹਦੀ ਅਲੀਸ਼ਵਾ ਮਹੀਨ ਆਹਦੀ ਕਿਤਾਬ ਛਪੀ ਦੇ ਵਿੱਚ ਆ, ਸਾਡੀ ਰਚਨਾ ਛਪ ਗਈ ਹੈ। ਉਸ ਤੋਂ ਬਾਅਦ ਅਗਲਾ ਪੇਜ ਹੈਗਾ ਜੀ ਅਨਮੋਲ ਬਚਨ, ਇਮਰਾਨ ਮੁਹੰਮਦ ਦੇ ਛਪੇ ਹੋਏ ਆ। ਦੇਖੋ ਜੀ, ਆਹ ਵਾਲੇ ਅਨਮੋਲ ਬਚਨ ਛਪੇ ਹੋਏ ਆ ਕਿਤਾਬ ਦੇ ਵਿੱਚ। ਤੀਜੇ ਨੰਬਰ 'ਤੇ ਸਾਡੀ ਹੈਗੀ ਗੁੜੀਆ ਹਿੰਮਤ, 104 ਪੇਜ ਦੀ, ਲਾਸਟ ਵਾਲਾ ਪੇਜ ਸਾਡਾ ਹੀ ਆ ਜੀ ਹਿੰਮਤ ਕਹਾਣੀ ਜਿਹੜੀ ਆ, ਸਿਮਰਪ੍ਰੀਤ ਕੌਰ ਲਿਖੀ ਆ। ਆਹ ਲਿਖਿਆ ਹੋਇਆ ਜੀ ਸਿਮਰਪ੍ਰੀਤ ਕੌਰ, ਕਲਾਸ 7ਵੀਂ ਵਿੱਚ ਕਹਾਣੀ ਛਪੀ ਹੋਈ ਆ। ਅਤੇ ਸਾਡੇ ਬੱਚੇ ਅੱਜ ਨਾਮ ਰੋਸ਼ਨ ਕਰਕੇ ਆਏ ਆ, ਅਤੇ ਇੱਕ ਇੱਕ ਸਰਟੀਫਿਕੇਟ ਨਾਲ ਆਦੇ ਇਮਰਾਨ ਮੁਹੰਮਦ ਦਾ ਸਰਟੀਫਿਕੇਟ, ਪ੍ਰਸ਼ੰਸਾ ਪੱਤਰ ਲੈ ਕੇ ਨਾਲ ਆਏ ਆ ਜੀ, ਅਤੇ ਅਲੀਸ਼ਵਾ ਮਹੀਨ ਦਾ ਪ੍ਰਸ਼ੰਸਾ ਹੈਗਾ, ਇੱਕ ਸਕੂਲ ਨੂੰ ਪ੍ਰਾਈਜ਼ ਮਿਲਿਆ ਹੋਇਆ ਜੀ। ਉਸ ਤੋਂ ਬਾਅਦ ਸਰੀਂ ਦੇ ਵਿੱਚ ਜਿਹੜਾ ਇੱਕ ਵੱਡਾ ਪੋਸਟਰ ਛਪਿਆ ਹੋਇਆ ਵਾ ਬਾਹਰਲੇ ਦੇਸ਼ ਵਿੱਚ, ਕੈਨੇਡਾ ਦੇ ਵਿੱਚ, ਸਰੀਂ ਦੇਸ਼ ਵਿੱਚ, ਉਹਦੇ ਵਿੱਚ ਆ ਸਾਡੇ ਸਕੂਲ ਦੇ ਬੱਚਿਆਂ ਦੀ ਫੋਟੋ ਲੱਗੀ ਹੋਈ ਆ, ਇਮਰਾਨ ਮੁਹੰਮਦ, ਸਿਮਰਪ੍ਰੀਤ ਕੌਰ ਅਤੇ ਅਲੀਸ਼ਵਾ ਮਹੀਨ, ਅਤੇ ਆਹ ਸਕੂਲ ਦੀ ਫੋਟੋ ਲੱਗੀ ਹੋਈ ਆ। ਅਤੇ ਉਹਦੇ ਨਾਲ ਨਾਲ ਉਹ ਜੋ ਆਹ ਵਾਲਾ ਸ਼੍ਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸ੍ਰੀ ਕੈਨੇਡਾ ਤੋਂ ਆਇਆ, ਇਹਨਾਂ ਕੋਲੋਂ ਆਹ ਮੈਡਲ ਵੀ ਇੱਕ ਇੱਕ ਲੈ ਕੇ ਆਏ ਆ ਬੱਚੇ ਪੰਜਾਬ ਭਵਨ ਦੇ ਵਿੱਚੋਂ। ਆ ਲਓ ਜੀ, ਰਿਸ਼ਵਾ ਅਤੇ ਇਮਰਾਨ ਦਾ ਮੈਡਲ ਆ ਜੀ। ਲਓ ਜੀ, ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਜੀ। ਠੀਕ ਆ ਜੀ, ਆ ਲਓ ਜੀ, 3-3 ਪ੍ਰਾਈਜ਼ ਜਿੱਤ ਕੇ ਆਏ ਆ ਬੱਚੇ, ਕੰਗਰੈਚੁਲੇਸ਼ਨ। ਹਾਂਜੀ ਹਾਂਜੀ, ਠੀਕ ਆ ਜੀ, ਓਕੇ, ਥੈਂਕ ਯੂ।